गुरु रूप प्यारी सात संग जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखित मोहिना सोहिना दा दूसरा हिस्सा, आओ प्यार नल श्रवण करी। मोहिना ते ठाकुर जी। मोहिना सोहिना जी कौन हन, इस गरीबी विच क्यों हन, इन्ने प्रेमी किस लई हन, अम्मी जी एडे प्यारां वाले कौन हन, रायपुर दे रहण वाले एक रसीए अमीर ए सोहिना जी हन, इन्हां दी इस्त्री मोहिना है। राग विद्या ते कविता विच दोए प्रवीण से, समा पा के कुछ भगती विच लग पे से, एक बैरागी फकीर ने इन्हां नूं ठाकर पूजा सिखाई ते भगती दी जाच दसी सी। भावें ये चंगे घरों बारों खुले से, पैसे दी तोट नहीं सी, पर जद भगती ने रंग जमाया तां सवेरे खूह तों जा के आप इशनान करके सुचा जल ठाकरां लई लियाउणा, इशनान करके अपने लाए फुलां दी माला परौणी, पूजा अर्चा डंडोत सारी रीत देव पूजा दी निभाउणी। संकीर्तनीय भी तकड़े सन, सोहिना नूं वीणा विच ते मोहिना नूं सरोदे विच प्रवीणता प्राप्त सी। ठाकुर दे अगे ओ संगीत ते निरतकारी करनी कि अवधी कर देनी। एक दिन दोए जने खूह ते सुचा पानी लिया रहे सन कि एक सीधे दस्तारे वाला गुरमुख रूप आदमी भज्जा आया। इस दे एक करारा फट लगा सी और त्रे नाल बेहाल हो रहा सी। इन्हां दे पैरां पास हफ के डिग्गा ते पानी पानी कूक पिया। उस दी लोड़ ने इन्हां नूं तरबकाह तां दिता, पर नेम धर्म ने इहो मत दित्ती कि ठाकरां लई सुचा जल ले जा रहे हां, ये उन्हां दे नौंगे दा है, जूठा किस तरह करिए। ਉਹ ਮੱਛੀ ਦੀ ਤਰ੍ਹਾਂ ਤੜਫਦਾ ਅਤੇ ਪਾਣੀ ਪਾਣੀ ਕੂਕਦਾ ਰਿਹਾ। ਇਹ ਆਪਣੇ ਕਠੋਰ ਧਰਮ ਵਿੱਚ ਪੱਕੇ ਕੇਸ ਮਾਰ ਕੇ ਕੋਲ ਦੀ ਟੁਰੀ ਗਏ। ਉਸ ਦੀ ਸਿਸਕ ਦੀ ਅਖੀਰ ਆਵਾਜ਼ ਜੋ ਇਹਨਾਂ ਦੇ ਕੰਨ ਪਈ ਉਹ ਇਹ ਸੀ, ਨਾਲੇ ਪਿਆਰ ਨਾਲੇ ਦੋ ਘੁੱਟ ਪਾਣੀ ਤੋਂ ਤਰਸਾਣਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਸੁਣ ਕੇ ਵੀ ਇਹ ਦੋਵੇਂ ਟੁਰੀ ਗਏ। ਘਰ ਜਾ ਕੇ ਠਾਕਰਾਂ ਨੂੰ ਨੁਹਾ ਲਿਆ, ਪੂਜਾ ਕੀਤੀ, ਪਰ ਅੱਜ ਕਲੇਜੇ ਵਿੱਚ ਚੋਹ ਪੈਂਦੀ ਹੈ, ਪੂਜਾ ਵਿੱਚ ਮਨ ਲੱਗਦਾ ਨਹੀਂ। ਘਬਰਾ ਕੇ ਉੱਠੇ ਅਤੇ ਸੋਚ ਕੇ ਤੁਰੇ, ਚਲੋ ਬਈ ਉਸਨੂੰ ਪਾਣੀ ਪਿਲਾ ਆਈਏ, ਕਿਤੇ ਕੋਈ ਮਾੜੀ ਅਸੀਸ ਨਾ ਲੱਗ ਜਾਵੇ। ਜਦ ਪਾਣੀ ਦਾ ਭਪਕਾ ਲੈ ਕੇ ਆਏ ਤਾਂ ਉਹ ਕਾਇਲ ਆਪਣੇ ਹਫੇ ਹੁੱਟੇ ਮਿੱਟੀ ਦੇ ਸਰੀਰ ਨੂੰ ਛੱਡ ਕੇ ਆਕਾਸ਼ਾਂ ਨੂੰ ਜਾ ਚੁੱਕਾ ਸੀ। ਉਸ ਦੀ ਮੜੋਲੀ ਪਈ ਸੀ ਅਤੇ ਐਂ ਜਾਪਦਾ ਸੀ ਕਿ ਸਦਾ ਲਈ ਮਿਟ ਗਏ ਬੁੱਲਾਂ ਤੋਂ ਕਹਿ ਰਿਹਾ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ। ਦੋਹਾਂ ਦੇ ਕਲੇਜੇ ਤੱਕ ਕਰਕੇ ਮੁੱਠ ਵਿੱਚ ਆ ਗਏ। ਦਿਲ ਦੀ ਜਿਸ ਚੋਬ ਨੂੰ ਮੇਟਣ ਆਏ ਸਨ, ਉਹ ਚੋਬ ਦੂਣੀ ਸਵਾਈ ਹੋ ਗਈ। ਇੰਨੇ ਨੂੰ ਇੱਕ ਰੁੱਖੋਂ ਪੰਜ ਸੱਤ ਆਦਮੀ ਆ ਗਏ ਅਤੇ ਬੋਲੇ, ਇਹੋ ਹੈ। ਪੁੱਛਣ ਤੋਂ ਪਤਾ ਲੱਗਾ ਕਿ ਇਹ ਸੁਰਬੀਰ ਮਹਾਂਭਜਨੀਕ ਸਾਧੂ ਹੈ, ਜੋ ਅਨੰਦਪੁਰ ਵਾਲੇ ਗੁਰੂ ਜੀ ਦਾ ਚੇਲਾ ਸੀ। ਬਨ ਵਿੱਚ ਸਦਾ ਵਸਦਾ ਸੀ, ਪਰ ਮਾਲਾ ਦੇ ਨਾਲ ਤਲਵਾਰ ਵੀ ਰੱਖਦਾ ਸੀ। ਅੱਜ ਇੱਕ ਗਰੀਬ ਟੋਲੇ 'ਤੇ ਡਾਕੇ ਪਏ ਦੀ ਆਵਾਜ਼ ਸੁਣ ਕੇ ਕੁਮਕ ਨੂੰ ਪਹੁੰਚਾ। ਇਸ ਤਰ੍ਹਾਂ ਲੜਿਆ ਕਿ ਡਾਕੂ ਭਜਾ ਦਿੱਤੇ ਅਤੇ ਟੋਲਾ ਵਾਲ ਵਾਲ ਬਚਾ ਦਿੱਤਾ। ਆਪਣੇ ਜ਼ਖਮ ਅਤੇ ਤਪਤ ਨਾਲ ਬਿਆਕਲ ਹੋ ਕੇ ਭੱਜਾ ਹੈ ਅਤੇ ਫਿਰ ਨਹੀਂ ਲੱਭਾ। ਨੇੜੇ ਤੇੜੇ ਦੇ ਕਦਰਾਂ ਵਾਲੇ ਅਤੇ ਪ੍ਰੇਮੀ ਸੁਣ ਕੇ ਚਾਰ ਚੁਫੇਰੇ ਭੱਜੇ ਹਨ, ਪਰ ਇੱਥੇ ਆਉਣ ਮਿਲਿਆ ਹੈ ਅਤੇ ਇਸ ਹਾਲ ਲੱਭਾ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਸ਼ਬਦ ਦੋਵਾਂ ਦੇ ਕੰਨਾਂ ਵਿੱਚ ਹੁਣ ਹੋਰ ਤਕੜੇ ਹੋ ਕੇ ਗੂੰਜੇ। ਅੱਖਾਂ ਵਿੱਚ ਨੀਰ ਪਰ ਆਇਆ, ਆਪਣੇ ਆਪ ਨੂੰ ਤ੍ਰਿਕਾਰ ਦਿੱਤੀ, ਪਰ ਹੁਣ ਤ੍ਰਿਕਾਰ ਕੀ ਕਰਦੀ ਹੈ। ਉਹ ਸਮਾਂ ਲੰਘ ਗਿਆ ਜਦੋਂ ਠਾਕੁਰ ਦਾ ਪੁੱਤ ਪਾਣੀ ਪਾਣੀ ਕੂਕਦਾ ਸੀ। ਉਸ ਵੇਲੇ ਦਾ ਇੱਕ ਘੁੱਟ ਦਿੱਤਾ ਹੋਇਆ ਠਾਕੁਰ ਨੂੰ ਉਹ ਪ੍ਰਸੰਨ ਕਰਦਾ ਕਿ ਹੁਣ ਖੂਹਾਂ ਅਰਪਣ ਕੀਤੀਆਂ ਨਹੀਂ ਕਰਨਾ। ਪਰ
ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਰਾਏਪੁਰ ਦੀ ਰਾਣੀ ਨੂੰ ਖਬਰ ਲੱਗੀ ਕਿ ਮੇਰੇ ਨੇੜੇ ਹੀ ਜਿਸ ਦੇ ਦਰਸ਼ਨਾਂ ਨੂੰ ਮੈਂ ਤਰਸ ਰਹੀ ਹਾਂ ਦਾ ਇੱਕ ਲਾਡਲਾ ਬਾਲਕਾ ਪਰਉਪਕਾਰ ਵਿੱਚ ਜਾਨ 'ਤੇ ਖੇਡ ਗਿਆ ਹੈ ਤਾਂ ਬੜਾ ਅਕਲ ਆਈ। ਜਦੋਂ ਪਤਾ ਲੱਗਾ ਕਿ ਜਿਸ ਟੋਲੇ ਦੀ ਰੱਖਿਆ ਵਿੱਚ ਜਾਨ ਦਿੱਤੀ ਸੂ ਉਹ ਨਾਮ ਦੇ ਰਸੀਏ ਗੁਰੂ ਦਰਸ਼ਨ ਨੂੰ ਆ ਰਹੇ ਸਨ ਤਦ ਹੋਰ ਵੀ ਰੋਈ। ਹਾਏ ਅਭਾਗ ਮੇਰੀਆਂ ਸਿੱਕਾਂ ਅਤੇ ਉਮੀਦਾਂ ਦੇ ਮਾਲਕਾ, ਹੇ ਜਗਤ ਤਾਰਕ ਸਤਿਗੁਰਾ, ਮੇਰੇ ਰਾਜ ਵਿੱਚ ਤੇਰੇ ਪਿਆਰੇ ਲਈ ਸੀਸ ਦੇਣਾ ਹਿੱਸੇ ਆਇਆ। ਉਸ ਦੀ ਸੇਵਾ ਸਾਥੋਂ ਕੁਛ ਨਾ ਸਰੀ, ਇੱਕ ਬੂੰਦ ਤੇਲ ਫੱਟਾਂ 'ਤੇ ਨਾ ਲੱਗਾ, ਇੱਕ ਗਿੱਠ ਲੀਰ ਉਸਦੇ ਪਵਿੱਤਰ ਜ਼ਖਮ ਨੂੰ ਨਸੀਬ ਨਾ ਹੋਈ। ਇਹ ਹਾਵੇ ਕਰ ਰਹੀ ਸੀ ਕਿ ਉਸਦੀ ਸਤਸੰਗਣ ਮਾਈ ਆ ਗਈ, ਗੁਰਸਿੱਖੀ ਦੀ ਸੱਚੀ ਜਾਣੂ ਮਾਈ ਆਖਣ ਲੱਗੀ, ਰਾਣੀਏ ਇਹ ਜਿਉਂ ਦੀ ਰੂਹ ਹੈ ਸੀ ਜਿਸ ਨੂੰ ਸਾਡੇ ਬੋਲੇ ਵਿੱਚ ਜੀਦਾਨ ਪ੍ਰਾਪਤ ਆਖਦੇ ਹਾਂ। ਜਦੋਂ ਕਿਸੇ ਜਿਉਂ ਦੇ ਬੰਦੇ ਨੂੰ, ਜਿਸ ਨੂੰ ਅਸੀਂ ਹਰਜਨ ਵੀ ਆਖਦੇ ਹਾਂ, ਦੁੱਖ ਮਿਲੇ ਤਾਂ ਸਾਈਂ ਤੱਕ ਪੀੜ ਜਾਂਦੀ ਹੈ। ਪਰ ਤੂੰ ਹੁਣ ਦੁੱਖ ਨਾ ਕਰ, ਤੇਰਾ ਦੋਸ਼ ਨਹੀਂ, ਤੈਨੂੰ ਕੇਵਲ ਮੜੋਲੀ ਦੀ ਸੇਵਾ ਮਿਲੀ ਹੈ, ਸੋ ਤੂੰ ਧੰਨ ਭਾਗ ਜਾਣ ਕੇ ਕਰ। ਇਸ ਦੇ ਸਰੀਰ ਨੂੰ ਸਤਿਕਾਰਯੋਗ ਦਾ ਦੇ ਜੋ ਇਹ ਮੰਦਰ ਜਿਸ ਵਿੱਚ ਨਾਮੀ ਵਸ ਗਿਆ ਹੈ ਰੁੱਲੇ ਨਾ। ਇਹ ਸੁਣ ਕੇ ਰਾਣੀ ਨੇ ਬੜੇ ਸਤਿਕਾਰ ਨਾਲ ਉਸ ਸ਼ਹੀਦ ਦਾ ਦਾਹ ਕੀਤਾ ਔਰ ਇੱਕ ਛੋਟਾ ਜਿਹਾ ਮੱਠ ਉਸ ਟਿਕਾਣੇ ਬਣਾਇਆ। ਸੋਇਨਾ ਮੋਇਨਾ ਦੀ ਹੁਣ ਅਚਰਜ ਦਸ਼ਾ ਪਲਟੀ। ਠਾਕਰ ਪੂਜਾ ਕਰਦੇ ਹਨ ਪਰ ਕਲੇਜੇ ਵਿੱਚ ਅਸ਼ਾਂਤੀ ਅਤੇ ਅਸੁੱਖ ਚੁੱਭਦਾ ਰਹਿੰਦਾ ਹੈ। ਜਦ ਹੱਥ ਜੋੜ ਕੇ ਬੈਠਦੇ ਹਨ ਉਹ ਸ਼ਬਦ ਕੰਨਾਂ ਵਿੱਚ ਗੂੰਜਦੇ ਹਨ, ਦਰਸ਼ਨ ਨਹੀਂ ਜੇ ਦੇਣ ਲੱਗਾ, ਅਕਲਾ ਕੇ ਅੱਖਾਂ ਖੋਲ ਦਿੰਦੇ ਹਨ। ਜਦ ਕਿਸੇ ਸੰਗੀਤ ਦੇ ਉੱਚੇ ਰਸ ਵਿੱਚ ਆਉਂਦੇ ਹਨ ਤਾਂ ਚੇਤਾ ਇਹਨਾਂ ਸ਼ਬਦਾਂ ਨੂੰ ਕੰਨਾਂ ਵਿੱਚ ਲਿਆਉਂਦਾ ਹੈ। ਗੱਲ ਕਾਦੀ ਉਹਨਾਂ ਦੇ ਹਰ ਰੰਗ ਅਤੇ ਹਰ ਗੇੜ ਵਿੱਚ ਇਸ ਇੱਕ ਵਾਕ ਦੀ ਗੁੰਜਾਰ ਖੇੜਾ ਨਹੀਂ ਛੱਡਦੀ। ਵਿਦਿਆ ਅਰ ਸਮਝ ਦੇ ਸਾਧਨ ਅਰ ਤਪ ਅਠ ਅਤੇ ਦਾਨ ਦੇ ਤਰੱਦਤ ਦੇ ਜਿਤਨੇ ਸਾਧਨ ਹੋ ਸਕਦੇ ਸੀ ਕੀਤੇ, ਪਰ ਇਸ ਮਹੀਨ ਆਵਾਜ਼ ਦੇ ਚੇਤੇ ਨੇ ਚਿੱਤ ਵਿੱਚੋਂ ਆਪਣਾ ਨਕਸ਼ ਨਾ ਮਿੱਟਣ ਦਿੱਤਾ ਪਰ ਨਾ ਮਿੱਟਣ ਦਿੱਤਾ। ਛੇਤੀ ਉਹ ਭਾਗੇ ਭਰਿਆ ਦਿਨ ਆ ਗਿਆ। ਸ੍ਰੀ ਦਿਆਲ ਸਤਿਗੁਰੂ ਜੀ ਨੇ ਰਾਏਪੁਰ ਚਰਨ ਪਾਏ। ਰਾਣੀ ਅਤੇ ਰਾਣੀ ਦੇ ਅਹਿਲਕਾਰ ਅਤੇ ਪਰਿਵਾਰ ਪਰਜਾ ਵਿੱਚੋਂ ਅਨੇਕਾਂ ਤਰੇ। ਸੋਇਨਾ ਅਤੇ ਮੋਹਿਨਾ ਨੇ ਵੀ ਸੁਣਿਆ ਕਿ ਉਸ ਮਹਾਂਪੁਰਖ ਦੇ ਗੁਰੂ ਜੀ ਆਏ ਹਨ ਜਿਨ੍ਹਾਂ ਨੂੰ ਆਪਣਾ ਆਪ ਕਿਸੇ ਪਰਉਪਕਾਰ ਵਿੱਚ ਹੋਮ ਦਿੱਤਾ ਸੀ ਔਰ ਜਿਨ੍ਹਾਂ ਨੂੰ ਅਸਾਂ ਇੱਕ ਘੁੱਟ ਪਾਣੀ ਦਾ ਨਹੀਂ ਸੀ ਦਿੱਤਾ। ਇਹ ਸੋਆਂ ਕੰਨੀ ਪੈ ਚੁੱਕੀਆਂ ਸਨ ਕਿ ਉਹ ਸੂਰਾ ਅਤੇ ਪੂਰਾ ਗੁਰੂ ਹੈ। ਇਸ ਸਿੱਖ ਦੀ ਕਰਨੀ ਅਤੇ ਜੀਵਨ ਸਮਾਚਾਰ ਨੇ ਵੀ ਨਿਸ਼ਚਾ ਕਰਾ ਦਿੱਤਾ ਸੀ ਔਰ ਦਰਸ਼ਨਾਂ ਦੀ ਤਾਂਗ ਪੈਦਾ ਕਰ ਦਿੱਤੀ ਸੀ। ਜਦ ਗੁਰੂ ਜੀ ਰਾਏਪੁਰ ਆਏ ਔਰ ਰਾਣੀ ਸਮੇਤ ਅਣਗਿਣਤਾਂ ਨੂੰ ਜੀਦਾਨ ਮਿਲਿਆ ਤਦ ਇਹਨਾਂ ਦੀ ਦਰਸ਼ਨ ਦੀ ਲੋੜ ਵੀ ਕਰਾਰੀ ਭੁੱਖ ਵਿੱਚ ਬਦਲ ਗਈ। ਪਰ ਜਿੰਨੀ ਵੇਰੇ ਦਰਸ਼ਨ ਲਈ ਗਏ ਓਨੀ ਵੇਰੀ ਦਰਸ਼ਨ ਨਹੀਂ ਹੋਏ। ਛੇਕੜ ਜਦ ਸਤਿਗੁਰ ਤੁਰੇ ਤਾਂ ਸੜਕ ਉੱਤੇ ਅੱਧ ਕੋ ਮੀਲ ਅਗੇਰੇ ਜਾ ਖੜੋਤੇ। ਸੰਗਤਾਂ ਤਾਂ ਉੱਧਰ ਦੀ ਹੀ ਲੰਘੀਆਂ ਪਰ ਕਲਗੀਆਂ ਵਾਲੇ ਚੋਜੀ ਰਸਤਾ ਹੀ ਛੱਡ ਗਏ ਔਰ ਖੇਤਾਂ ਥਾਣੀ ਘੋੜਾ ਪਾ ਕੇ ਉੱਪਰ ਉੱਪਰ ਦੀ ਲੰਘ ਗਏ। ਤਦੋਂ ਨਿਰਾਸ਼ਤਾ ਨੇ ਇਹਨਾਂ ਨੂੰ ਨਿਸ਼ਚਾ ਕਰਾ ਦਿੱਤਾ ਕਿ ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਅਟਲ ਵਾਕ ਹਨ। ਉਦਾਸੀ ਅਤੇ ਨਿਰਾਸ਼ਤਾ ਹੁਣ ਜ਼ੋਰ ਦੇ ਕੇ ਵਧੀ ਔਰ ਸਤਿਗੁਰੂ ਜੀ ਦੇ ਚੰਨ ਮੁੱਖ ਦਰਸ਼ਨਾਂ ਦੀ ਸਿੱਖ ਅੱਤ ਵਧਣ ਲੱਗੀ। ਜੀ ਆਖੇ ਕਿ ਸਿੱਖ ਦਾ ਪਾਣੀ ਮੰਗਣਾ ਅਤੇ ਸਾਡਾ ਨਾ ਦੇਣਾ ਇੱਕ ਉਸਨੂੰ ਮਲੂਮ ਸੀ ਅਤੇ ਇੱਕ ਸਾਨੂੰ। ਚੌਥੇ ਕੰਨ ਕੰਸੋ ਨਹੀਂ ਪਈ। ਸਤਿਗੁਰ ਨੇ ਸਾਨੂੰ ਦਰਸ਼ਨ ਦੇਣੋਂ ਕਿਉਂ ਵਿਰਵਿਆ ਰੱਖਿਆ? ਸਾਡੇ ਇਲਾਕੇ ਦੇ ਹਰ ਇੱਕ ਬੰਦੇ ਨੂੰ ਖੁੱਲ੍ਹੇ ਦਰਸ਼ਨ ਮਿਲੇ ਅਤੇ ਸਾਨੂੰ ਜੋ ਭਗਤ ਹਾਂ, ਰਾਗ ਅਤੇ ਕਾਵਿ ਦੇ ਰਸੀਆਂ ਹਾਂ, ਕਦਰਦਾਨ ਸਤਿਗੁਰ ਨੇ ਕਿਉਂ ਦਰਸ਼ਨ ਨਾ ਦਿੱਤੇ? ਕੇਵਲ ਇੱਕੋ ਕਾਰਨ ਹੈ ਕਿ ਉਸ ਮਰਨਹਾਰ ਦੇ ਵਾਕ ਅਟਲ ਵਾਕ ਸਨ ਔਰ ਆਪਣੇ ਅਸਰ ਵਿੱਚ ਅਮੋਘ ਸਨ।
जिस दी आन ठाकुर ने नहीं मोड़ी। हाँ वो ठाकुर जो अंतर जामी ते दाता है, जां तां इसे कलगियां वाले दे रूप विच आया होया है ते जां इह रूप उसदा निज प्रीतम। इन्हां सोचां ने निश्चय नूं होर पक्का कीता। प्रेम दी खिच वधी, कर कर सतगुरां दी चर्चा, उन्हां दे कौतक, आत्म सत्या, दयालता ते कीर्ति ने होर खिचिया ते निश्चय हो गया कि इह तुरों अवतार आया है। एक पासे प्रेम वधदा है, एक पासे कीते पाप या अनकीते पुन की कमाई शर्म विच दगत करदी है। गल की समा पा के जद ये खिच हद बन्ने त्रोड़ के वधी तद दोहां दी ये सलाह ठहरी कि आप दे किसे करम धर्म गुण विद्या विच रस नहीं रहा। मन चरणार बिंद नू शुदाई हो के तरसदा है, तद क्यों ना सतगुर दे द्वारे जाके सेवा करिए, दर्शन पाइए ते किरत किरत होइए। मनुखा जन्म कोई छेती छेती लभदा है। फिर सोच पई, दर्शन नहीं जे देण लग ते अगे घर आया सारिया नू खुले दीदार देन दा सानू दर्शना तो वांच के गया है। द्वारे गया बिरद दी बाण का छड़न लगा है, सानू दर्शन नहीं होंगे। फिर सलाह ठहरी कि नौकर बन के चलिए, अपने अमरी गुण दा पता थाव ना देवीए ते चुप चाप सेवा कर दे रहिए। पर फिर जी ने कहा कि होना अमीर ते दसना गरीब, जदों शरीर सेवा करेगा मन अमीरी दे ख्याल विच टवेगा नहीं, क्योंकि अंदर तो अमीरी दा पक्का विश्वास रहना है। जे सुरत सचमुच गरीब हो के दर ते ना टठी तो जी को निमाणे सेवक सेवा करते हैं उकर अंदरों बारों टह के सेवा की कू होवेगी। सो गरीबी धारण करके ही चलना सच्चा प्रायश्चित है। इस तरह सोच साच के सचियां लोचा वालिया ने माल मिलख वेच के दान कीता अते लोड़ींदियां थावां ते पुन्नी अर्थी खूह भी लवा दिते, जो एक घुट पानी ना देण बदले हजारां नूं सदा तीक पानी मिले। इउं धर्मशाला लई और होर गरीबां नूं दान करके अखीर तन ते गरीबी दावे दे कपड़ियां नाल ठाकर दे दर्शनां नूं टुर पे। मोइना ते सोइना विद्वान ते गुणी सन। गुरु गोबिंद सिंह जी दे दरबार गुणियां दी बड़ी कदर सी। गुणी बन के गुण दे गाहक कोल जाइए तां कदरां नाल मिल पैण, पर कदर करावण लई तां अमीरी नूं सट के गरीबी नहीं लई। अंदर तां प्रेम दी चिड़ंग चौं नहीं करन देंदी। प्रेम आखदा है प्यार करना है, प्यार करावण दी होमे विच नहीं फसणा। सचमुच निम्रता भाव विच सेव्या प्यार होना है। सो सेवा ही होवे तां ठीक है। हुण जी विच ए ठाणी कि जे सतगुर दे बाग विच बेलदार जां छोटे माली जां कामे मजूर दी जगह मिल जावे तां कर लईए। ए एक हुनर सी जिस विच दोहां नूं चंगी सियाण समझ ते पहुंच सी। प्रशादे कित्थों छकीए, तलब मंगणी नहीं ते प्रीतम उत्ते अपनी लोड़ दा कोई बोझ नहीं पावना। सो ए व्योंद सोची कि वेले समय पटारियां ते टोकरियां बनाया करांगे और इन्हां दी विक्री उपर उपजीविका टोरिया करांगे ते बाकी वक्त सेवा करांगे। इस आस ते पहुंचे ते आनंदपुर दे गुरु के बाग दे वड्डे माली पास जा अरजोई कीती। पंज सत दिन कम करा के माली ने डिठा के सियाणे हन नौकर रख लिया। बाग दी पिछली नुकरे एक कोठा वसेबे लई दे दिता और कम वंडवा सुपुरत कर दिता। प्रेमियां दी सेवा ने बाग विच कुछ सुंदरता ते स्वाद पैदा करना ही सी। एक दिन श्री दशमेश जी बाग विच फिरदे फिरदे एक सुंदर क्यारे नूं देख के खुश होए, केसरा सिंह नूं शाबाश दिती। केसरा सिंह वड्डा माली केसरा सिंह नूं शाबाश दिती।
तद उसने हाथ बन के आख्या, स्वामी जी आप दी कृपा दी पोखता सदा है, पर एक कारज जिस पर स्वामी जी रीझे हन दास दा नहीं, ये छोटे माली दा कम है, जो थोड़े दिना तो सेवा करदा है, रोटी किरत करके खांदा है, ते प्रेम दे चाओ परिया बाकी समा श्रेष्ठ सेवा विच लाउंदा है, बड़ा गरीब ते आप दे चरना दा गुज्जा प्रेमी है। सतगुर सुन के चुप हो गए ते अखां उपर नू खिंच गईयां, फिर रोह जिहा पलटिया ते बोले, दर्शन नहीं जे देण लगा। ये गल जद माली ने सोइना नाल कीती ते सोइना ने घर जाके दसी, तां समझियो ने अंतरयामी ठाकर एहो है, पर अच्छा जे दर्शन नहीं तां शुकर है, सेवा ही सही। ये दोवें इन्हां विचारां विच ही सन कि केसरा सिंह इन्हां दे घर आ गया ते आखण लगा, सोणिया बई सतगुरां दी आग्या मत्थे लगण दी नहीं, कम करो सेवा करो आओ जाओ फिरो सब खुल है, पर सतगुरु जी दे सामणे नहीं होना। जद किते पता लगे तुसां दर्शन नहीं करना ते दर्शन नहीं देना ए हुकम है, जे परवान नहीं तां सेवा सुख जिवें चित करे कर लेना। दोहां ने हाथ जोड़ के कहा, प्रभु नौकरी की ते नखरा की, जिस रंग विच साहिब राजी हन असी राजी हाँ, रजा ओह है जो साहिब दी है, उस विच दास राजी, फिर ओ तां साहिब आप है, पर हे उपकारी एक गल साढ़े वस दी नहीं, हुकम तेरी मेहर नाल मनांगे, पर दर्शन दी सिख अंदरों टुट जावे ये साडे वस दी गल नहीं। ये सुन के केसरा सिंह दे नैण पर आए, कई वेर डुले ते कई वेर परे, हुकम दी चाल ते प्रेम दी अणियाली कणी ते कणी विच जिंद देख के वैराग न ठिली वे, छेकड़ बिना कुछ बोले टुर गया। हुण मोहिना सोइना जी ने अपना नवा जीवन नवी ठाकर पूजा शुरू कीती, जो ठाकर जीवदा है, जो ठाकर सदा सदा हजूरे ठाकर विच अपनाउंदा है, हुण उसकी पूजा है, पर केही अनोखी पूजा है, दर्शन नहीं पर पूजा करो, सरबंस वार आए सुख कोल कते, गुण विद्या सब वारे, फिर अजे सेवा मिली पर दर्शन तो खाली सेवा, शुक्र है। ये है मोहिना सोइना दी विथिया। साड़ी माता जीतो जी इतने सिमरन दे प्रेमी होए हन और ऐसे लिवलीन रहंदे सन कि अक्सर लोग उन्होंने जोगी जी आख्या करदे से, अमृत वेले तो पहले ही वह भजन विच लग पिया करदे से, और महाराज जी जद सवेर सार दीवान नू टुरदे से तां माता जी चरणा ते मत्था टेक के सेरा गले पा के टोरदे से, ते इसे रूप नू नैणा विच वसा के सूरज चढ़े तक ध्यान मगन बैठ रहंदे से। केसरा सिंह इस सेहरे लई फुल माता जी नू आप पुचाया करदा सी। एक दिन बेले दे फुल जो लैके गया तां माता जी ने आख्या, केसरा सिंह तेरे कल दे इन्हां फुलां पर श्री कलगी धर जी बड़े प्रसन्न होए हन। तद केसरा सिंह ने कहा, अम्मी जी ये मेरी कारीगरी नहीं है, एक गरीब सेवक दी मेहनत है जो निष्काम सेवा कर रहा है, पर उसनू दर्शन नसीब नहीं। अम्मी जी क्यों? केसरा सिंह, सतगुरु जी दा हुक्म एहो है। अम्मी फिर केसरा सिंह फिर उसदे हाथां दे फुल सानू क्यों देंदा है? केसरा सिंह, अम्मी जी सेवा दी सतगुरु जी वालों आ गया है, पर दर्शन मने हन। सुन के अम्मी जी बोले, तद महाराज जी दा उन्हां नाल डूंगा प्यार है, किसे अवगुण दी या पुल दी सोध हो रही है। केसरा सिंह नूं तां टोरिया
ਅਤੇ ਰਾਤ ਜਦ ਮਹਾਰਾਜ ਜੀ ਮਹਿਲਾਂ ਵਿੱਚ ਆਏ ਤਾਂ ਅੰਮੀ ਜੀ ਨੇ ਆਪਣੇ ਭਗਤੀ ਅਤੇ ਟਿਕਾਉ ਨਾਲ ਭਰੇ ਬਚਨਾਂ ਦੁਆਰਾ ਮੋਹਿਨਾ ਸੋਹਿਨਾ ਬਾਬਤ ਪੁੱਛਿਆ ਤਾਂ ਸ੍ਰੀ ਮੁਖ ਤੋਂ ਉਚਾਰ ਹੋਇਆ, ਇੱਕ ਸਾਈਂ ਦਾ ਜੀਵਦਾ ਬੰਦਾ ਇਹ ਵਾਹ ਕਿਨ੍ਹਾਂ ਲਈ ਕਰ ਗਿਆ ਹੈ ਕਿ ਤੁਸਾਂ ਨੂੰ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਗੁਰੂ ਮਾਰੇ ਤਾਂ ਸਿੱਖ ਬਖਸ਼ਾ ਲੈਂਦੇ ਹਨ, ਸਿੱਖ ਮਾਰੇ ਨੂੰ ਗੁਰੂ ਨਹੀਂ ਬਖਸ਼ਦੇ। ਇਹ ਬਿਰਤ ਧੁਰਾਂ ਦਾ ਹੈ। ਮੋਹਿਨਾ ਸੋਹਿਨਾ ਮੈਨੂੰ ਪਿਆਰੇ ਹਨ, ਪਰ ਸਿੱਖ ਦਾ ਬਚਨ ਅਟਲ ਹੈ। ਇਹ ਤਦੋਂ ਟਲ ਸਕਦਾ ਹੈ ਜਦੋਂ ਇਹਨਾਂ ਦੀ ਸੁਰਤ ਜੀਉ ਪਵੇਗੀ, ਜਦੋਂ ਮੌਤ ਨਦੀ ਦੇ ਉਰਾਰ ਪਾਰ ਇਹਨਾਂ ਨੂੰ ਇਕਸਾਰ ਗਤੀ ਹੋ ਜਾਏਗੀ, ਜਾਂ ਸਿੱਖ ਦੇਹ ਵਿੱਚ ਹੁੰਦਾ ਅਤੇ ਆਪਣੇ ਵਾਕ ਨੂੰ ਪਲਟ ਦਿੰਦਾ। ਅੰਮੀ ਜੀ, ਹੇ ਸਤਿਗੁਰੂ ਜੀ, ਜੇ ਮੈਂ ਸੋਹਿਨਾ ਜੀ ਨੂੰ ਮਿਲਾਂ ਅਤੇ ਉਹਨਾਂ ਦੀ ਸੁਰਤ ਨੂੰ ਜੀਵਨ ਰਹਾਉਣ ਨਾਲ ਭਰਨ ਵਿੱਚ ਯਤਨ ਕਰਾਂ ਤਾਂ ਸ੍ਰੀ ਜੀ ਦੀ ਕੀ ਆ ਗਿਆ ਹੈ? ਸਤਿਗੁਰੂ ਜੀ, ਇਸ ਤੋਂ ਵੱਧ ਭਲਿਆਈ ਕੀ ਹੋ ਸਕਦੀ ਹੈ? ਮੈਂ ਖੁਸ਼ ਹਾਂ ਔਰ ਮੈਨੂੰ ਭੇਜਣ ਵਾਲਾ ਇਸ ਵਿੱਚ ਖੁਸ਼ ਹੈ। ਸਾਡਾ ਬਾਬਾ ਆਖਦਾ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿਸੇ ਨੂੰ ਜੀਦਾਨ ਦੇਣਾ, ਕਿਸੇ ਦੇ ਮੁਰਦੇਪਨ ਵਿੱਚ ਜੀਵਨ ਦੀ ਨਵੀਂ ਰੂਹ ਫੂਕਣਾ ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ। ਅੰਦਰਲੇ ਵਿੱਚ ਜੀਵਨ ਲਹਿਰ ਆ ਕੇ ਜੋ ਜਾਨ ਪੈਂਦੀ ਹੈ ਉਸਨੂੰ ਤਾਂ ਜੀਵਣਾ ਕਹੀਦਾ ਹੈ। ਸੋ ਜੀਵਤ ਜਹ ਜੀਵਤ ਜਪਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਜੋ ਇਹ ਜੀਵਨ ਜੀਉਂਦੇ ਹਨ ਉਹੀ ਜੀਉਂਦੇ ਹਨ, ਬਾਕੀ ਹੋਰ ਮ੍ਰਿਤਕ ਹੈ ਸੰਸਾਰ। ਜੀਉਂਦਿਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰਖ ਰੂਪੀ ਬਿਰਛ ਦੀਆਂ ਡਾਲੀਆਂ ਹਨ। ਇਹਨਾਂ ਦੀ ਕਹਿਣੀ ਕਰਨੀ ਦੀ ਤਾਰ ਸਾਈਂ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ ਅਤੇ ਆਪਣੀ ਤਾਸੀਰ ਵਿੱਚ ਉਹ ਅਸਰ ਰੱਖਦੀ ਹੈ। ਇਹੋ ਕਾਰਨ ਹੈ ਕਿ ਉਸ ਜੀਉਂਦੇ ਸਿੱਖ ਦੇ ਵਾਕ ਅਟਲ ਰਹੇ। ਮਾਤਾ, ਆਪ ਕਰਨ ਕਾਰਨ ਹੋ, ਆਪ ਦਾ ਬਿਰਤ ਪਤਤ ਪਾਵਨ ਹੈ। ਅਸੀਂ ਸਭ ਮ੍ਰਿਤਕ ਸਾਂ, ਤੁਸਾਂ ਮਿਹਰ ਕਰਕੇ ਜਵਾ ਲਿਆ ਹੈ। ਸਾਡੀਆਂ ਭੁੱਲਾਂ 'ਤੇ ਕੀ ਅਚਰਜ, ਭੁੱਲਾਂ ਤਾਂ ਸਾਡਾ ਰੂਪ ਹੈ। ਮੇਰੀ ਇਹ ਬਿਨੈ ਨਹੀਂ ਕਿ ਆਪਣੀ ਪ੍ਰਤਿਗਿਆ ਭੰਗ ਕਰੋ, ਪਰ ਮੈਨੂੰ ਪ੍ਰਸੰਨਤਾ 'ਤੇ ਬਲ ਬਖਸ਼ੋ ਜੋ ਮੈਂ ਇਸ ਵੀਰ ਭੈਣ ਨੂੰ ਆਪਦੇ ਦਰ ਜੋਗਾ ਕਰ ਸਕਾਂ। ਕਲਗੀਆਂ ਵਾਲੇ, ਜੀਤ ਜੀ, ਵਾਹਿਗੁਰੂ ਬਲ ਦੇਵੇ, ਤੁਸੀਂ ਇਸ ਜੋੜੀ ਦਾ ਸੰਕਟ ਹਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।